ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਪੰਥਕ ਕਚਹਿਰੀ ਲੈ ਕੇ ਮੈਂ ਅਰਵਿੰਦਰ ਕੌਰ ਹਾਜ਼ਰ ਹਾਂ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਪੰਥ ਦੇ ਦਰਪੇਸ਼ ਜਿਹੜੇ ਮੁੱਦੇ ਅੱਜ ਕੱਲ੍ਹ ਸਾਹਮਣੇ ਆ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਦੀਆਂ ਦਾ ਮਸਲਾ ਹੋ ਜਾਏ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਕਿਵੇਂ ਹੋਂਦ ਵਿੱਚ ਆਇਆ, ਇਹਦੇ ਬਾਰੇ ਇੱਕ ਸੀਰੀਜ਼ ਜਿਹੜੀ ਹੈ ਪਤੇ ਟੀਵੀ ਵੱਲੋਂ ਸ਼ੁਰੂ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਵੇਂ ਹੋਂਦ ਵਿੱਚ ਆਇਆ, ਕੀ ਕਾਰਨ ਸੀ ਜਦੋਂ ਗੁਰਦੁਆਰਿਆਂ ਉੱਤੇ ਮਹੰਤਾਂ ਨੇ ਕਬਜ਼ਾ ਕਰ ਲਿਆ ਸੀ, ਚਾਬੀਆਂ ਦਾ ਮੋਰਚਾ ਲਗਾਇਆ, ਗੁਰੂ ਕੇ ਬਾਗ ਦਾ ਮੋਰਚਾ ਲਗਾਇਆ ਸਿੱਖਾਂ ਨੇ, ਤੇ ਅੱਜ ਸ਼੍ਰੋਮਣੀ ਅਕਾਲੀ ਦਲ ਨਿਗਾਰ ਵਿੱਚ ਕਿਵੇਂ ਆਇਆ, ਕਿਵੇਂ ਕਿਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੋਜ਼ਿਟਿਵਲੀ ਕੌਮ ਦੇ ਭਲੇ ਲਈ ਕਾਰਜ ਕੀਤੇ ਗਏ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਕੋਲ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 11 ਸਾਲ ਪ੍ਰਧਾਨ ਰਹਿ ਚੁੱਕੇ ਟਕਸਾਲੀ ਆਗੂ ਸਰਦਾਰ ਅਵਤਾਰ ਸਿੰਘ ਜੀ ਮੱਕੜ ਹਨ। ਪ੍ਰਧਾਨ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਜੀ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਾਫੀ ਦੇਰ ਤੋਂ ਅਟੈਚ ਹੋ ਤੇ ਤੁਹਾਨੂੰ ਟਕਸਾਲੀ ਆਗੂ ਵੀ ਜਿਹੜਾ ਮੰਨਿਆ ਜਾਂਦਾ ਹੈ ਪੰਥ ਦੇ ਵਿੱਚ, ਕੀ ਕਹਿਣਾ ਚਾਹੋਗੇ ਸ਼੍ਰੋਮਣੀ ਅਕਾਲੀ ਦਲ ਕਿਵੇਂ ਹੋਂਦ ਵਿੱਚ, ਕਿਹੜੇ ਕਿਹੜੇ ਪੋਜ਼ਿਟਿਵਲੀ ਕੰਮ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਵੱਲੋਂ? ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਾਪਨਾ ਹੈ, ਹਾਂਜੀ, ਇਹ 1920 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠ ਕੇ ਉਦੋਂ ਦੇ ਜਿਹੜੇ ਸਿੱਖ ਪੰਥ ਦੇ ਨੁਮਾਇੰਦਾ ਆਗੂ ਸੀਗੇ ਉਹਨਾਂ ਵੱਲੋਂ ਕੀਤੀ ਗਈ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਜਿਹੜੀ ਸੀ ਅਕਾਲੀ ਦਲ ਦੀ ਸਥਾਪਨਾ ਤੋਂ ਪਹਿਲਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਜਿਹੜੀ ਹੈ ਉਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੈਠ ਕੇ ਕੀਤੀ ਗਈ ਸੀਗੀ। ਔਰ ਮਕਸਦ ਇਹ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬਾਨ ਜਿਹੜੇ ਆਜ਼ਾਦ ਹੋ ਰਹੇ ਸੀਗੇ, ਪੰਥਾਂ ਤੋਂ ਆਜ਼ਾਦ ਕਰਵਾਏ ਜਾ ਰਹੇ ਸੀਗੇ, ਉਹਨਾਂ ਦੇ ਪ੍ਰਬੰਧ ਨੂੰ ਚਲਾਉਣਾ, ਸੁਚਾਰੂ ਢੰਗ ਨਾਲ ਚਲਾਉਣਾ, ਉਹਨਾਂ 'ਚ ਪੈਦਾ ਹੋਈਆਂ ਕੁਰੀਤੀਆਂ ਅਤੇ ਖਾਮੀਆਂ ਨੂੰ ਦੂਰ ਕਰਨ ਦਾ ਸੀ। ਦੂਸਰੇ ਪਾਸੇ ਕਈ ਅਸਥਾਨ ਐਸੇ ਸੀਗੇ, ਧਾਰਮਿਕ ਅਸਥਾਨ, ਜਿਨ੍ਹਾਂ ਨੂੰ ਅਜੇ ਆਜ਼ਾਦ ਕਰਾਉਣਾ ਬਾਕੀ ਸੀ, ਜਿਨ੍ਹਾਂ ਲਈ ਸੰਘਰਸ਼ ਦੀ ਲੋੜ ਸੀ, ਜਿਨ੍ਹਾਂ ਲਈ ਮੈਂ ਸਮਝਦਾ ਕਿ ਕੁਰਬਾਨੀਆਂ ਦੀ ਲੋੜ ਸੀ, ਜਿਵੇਂ ਨਨਕਾਣਾ ਸਾਹਿਬ ਦਾ ਪਵਿੱਤਰ ਅਸਥਾਨ ਸੀ, ਹੋਰ ਵੀ ਕਈ ਅਸਥਾਨ ਸੀਗੇ, ਗੁਰੂ ਕੇ ਬਾਗ ਦਾ ਮੋਰਚਾ ਸੀ, ਜੈਤੋ ਦਾ ਮੋਰਚਾ ਸੀ, ਦਰਬਾਰ ਸਾਹਿਬ ਦੀ ਚਾਬੀਆਂ ਦਾ ਸੀਗਾ, ਇਹ ਸਾਰਾ ਕੁਛ ਜਿਹੜਾ ਸੀ ਨਾ, ਇਹ ਜਿਹੜਾ ਸੀ ਕੰਮ ਕਰਨ ਵਾਲਾ ਸੀ ਬੁਕਾਇਆ। ਇਸ ਵਾਸਤੇ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਸ ਜਿਹੜੀ ਲੀਡਰਸ਼ਿਪ ਸੀ, ਉਹਨੇ ਮਹਿਸੂਸ ਕੀਤਾ ਕਿ ਸਾਨੂੰ ਇੱਕ ਢਾਲ ਦੀ ਜ਼ਰੂਰਤ ਹੈ, ਇੱਕ ਖੜਗ ਪੂਜਾ ਦੀ ਜ਼ਰੂਰਤ ਹੈ, ਜਿਹੜੀ ਕਿ ਸੰਘਰਸ਼ ਨੂੰ ਵਿੱਢ ਕੇ ਉਹਦੇ ਵਿੱਚ ਫਤਿਹਜਾਬੀ ਹਾਸਲ ਕਰਕੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਾ ਕੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰੇਗੀ। ਤੋ ਇਹਨਾਂ ਹਾਲਾਤਾਂ ਦੇ ਵਿੱਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਦੇ ਵਿੱਚ ਹੀ ਕੀਤੀ ਗਈ ਸੀ। ਅਤੇ ਜਦੋਂ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ, ਅਸੀਂ ਸਾਰੇ ਜਾਣਦੇ ਹਾਂ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੇ 100 ਸਾਲ ਹੋ ਜਾਣਗੇ, ਇੱਕ ਹੋਰ ਸ਼ਤਾਬਦੀ ਜਿਹੜੀ ਹੈ ਕੌਮ ਦੀ ਝੋਲੀ ਵਿੱਚ ਪੈਣੀ ਹੈ। ਪਰ 2020 ਤੱਕ ਆਉਂਦੇ ਹੋਏ ਕੋਈ ਵੀ ਅਸੀਂ ਪਿਤਾ ਪੁਰਖੀ ਜ਼ਮੀਨ ਜਾਇਦਾਦ ਦੇ ਬੱਚੇ ਉਹਨੂੰ ਵਧਾਉਂਦੇ ਨੇ, ਸਾਡੇ ਮਨ ਵਿੱਚ ਇੱਕ ਚਾਹ ਹੁੰਦਾ ਕਿ ਸਾਨੂੰ ਇੰਨੀ ਜਗ੍ਹਾ ਮਿਲੀਏ, ਇਹਨੂੰ ਵਧਾਉਣਾ ਹੈ। ਪਰ ਅੱਜ ਦੇ ਸਮੇਂ ਜੋ ਸ਼੍ਰੋਮਣੀ ਅਕਾਲੀ ਦਲ ਦਾ ਨਿਗਾਰ ਆਇਆ ਹੋਇਆ, ਉਹਦੇ ਕੀ ਕਾਰਨ ਸਮਝਦੇ ਹੋ ਤੁਸੀਂ? ਦੇਖੋ, ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਵਾਰੀ ਜਿਹੜੇ ਸੰਕਟ ਦੇ ਬੱਦਲ ਛਾਏ ਨੇ, ਹਾਂਜੀ, ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਅਸਥਾਨ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਮੋਰਚੇ ਲੱਗਦੇ ਰਹੇ ਨੇ, ਉੱਥੇ ਹੀ ਅਰਦਾਸ ਬੇਨਤੀ ਜੋਦੜੀ ਕਰਕੇ ਉੱਥੋਂ ਹੀ ਹੁਕਮਨਾਮਾ ਫਰਮਾਨ ਲੈ ਕੇ ਇਹ ਸੰਘਰਸ਼ ਵਿੱਢੇ ਜਾਂਦੇ ਰਹੇ ਨੇ। ਔਰ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸ਼੍ਰੋਮਣੀ ਅਕਾਲੀ ਦਲ ਦੀ, ਮੈਂ ਸਮਝਦਾ ਕਿ ਕਾਮਯਾਬੀ ਲਈ, ਉਸ ਨਿਗਾਰ 'ਚੋਂ ਕੱਢਣ ਲਈ ਅਰਦਾਸ ਬੇਨਤੀ ਜੋਦੜੀ ਉੱਥੇ ਕੀਤੀ ਜਾਂਦੀ ਰਹੀ ਹੈ। ਔਰ ਖਾਲਸਾ ਪੰਥ ਹਮੇਸ਼ਾ ਅੱਗੇ ਤੋਂ ਵੱਧ ਚੜ੍ਹਦੀ ਕਲਾ ਨਾਲ ਹੋ ਕੇ ਉੱਭਰ ਕੇ ਸਾਹਮਣੇ ਆਇਆ। ਅਤੇ ਹੁਣ ਵੀ ਮੈਂ ਸਮਝਦਾ ਕਿ ਸਮੇਂ ਇਹ ਇੱਕ ਵਾਰ ਨਹੀਂ, ਕਈ ਵਾਰ ਇਹੋ ਜਿਹੇ ਸੰਕਟ ਦੇ ਸਮੇਂ ਆਏ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ
ਬਹੁਤ ਸਾਰੀਆਂ ਮੁਸ਼ਕਲਾਂ ਦਾ, ਬਹੁਤ ਸਾਰੀਆਂ ਮੁਸੀਬਤਾਂ ਦਾ, ਚਾਹੇ ਉਹ ਲੀਡਰਸ਼ਿਪ ਦੇ ਸੰਬੰਧ ਵਿੱਚ ਸੀ, ਚਾਹੇ ਉਹ ਆਪਣੇ ਵੱਲੋਂ ਕੀਤੇ ਵੱਡੇ ਸੰਘਰਸ਼ ਦਾ ਸੰਬੰਧ ਸੀ, ਜਾਂ ਮੈਂ ਸਮਝਦਾ ਕਿ ਸਿੱਖ ਪੰਥ ਦੀ ਸੁਚੱਜੀ ਅਗਵਾਈ ਦੇ ਸੰਬੰਧ ਵਿੱਚ ਸੀਗਾ, ਜਾਂ ਸਰਕਾਰਾਂ ਵੱਲੋਂ ਕੀਤੇ ਜਾਂਦੇ ਧੱਕੇ, ਬੇਇਨਸਾਫੀਆਂ ਅਤੇ ਜ਼ਬਰ ਜ਼ੁਲਮ ਦੀ ਗੱਲ ਸੀ। ਇਹਨਾਂ ਸਾਰੀਆਂ ਦਾ ਟਾਕਰਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਕਰਦਾ ਰਿਹਾ ਔਰ ਉਹਦੇ ਵਿੱਚੋਂ ਕਾਮਯਾਬ ਹੋ ਕੇ ਨਿਕਲਦਾ ਰਿਹਾ। ਜਦੋਂ ਧਰਮ ਦੀ ਗੱਲ ਕਰੀਏ, ਮਾਸਟਰ ਤਾਰਾ ਸਿੰਘ ਜੀ ਦੀ ਗੱਲ ਯਾਦ ਆਉਂਦੀ ਹੈ ਕਿ ਮੈਂ ਮਰਾਂ ਪੰਥ ਜੀਵੇ, ਅਤੇ ਜੇ ਪੰਥ ਦੀ ਗੱਲ ਆਉਂਦੀ ਹੈ ਫਿਰ ਗੁਰੂ ਗ੍ਰੰਥ ਦੀ ਗੱਲ ਵੀ ਨਾਲ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਅਸੀਂ ਮੰਨਣਾ ਹੈ, ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਸੇਧ ਲੈਣੀ ਹੈ, ਪੰਥ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਅੱਗੇ ਰੱਖ ਕੇ ਉਹਦੇ ਨਤਮਸਤਕ ਹੋ ਕੇ ਉੱਥੋਂ ਹੁਕਮਨਾਮੇ ਲਏ ਜਾਂਦੇ ਨੇ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀਆਂ ਦਾ ਮਸਲਾ ਆਉਂਦਾ ਹੈ, ਸਭ ਤੋਂ ਵੱਧ ਜਿਹੜਾ ਅੱਜ ਸਿੱਖ ਦੇ ਅੰਦਰ ਨਮੋਸ਼ੀ ਚੱਲ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀਆਂ ਆ ਰਹੀਆਂ ਨੇ, ਔਰ ਸ਼੍ਰੋਮਣੀ ਅਕਾਲੀ ਦਲ ਉਹਦੇ ਵਿੱਚ ਆਪ ਇਨਵੋਲਵ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਮੈਂ ਸਮਝਦਾ ਕਿ ਤਾਂ ਗੱਲ ਬੜੀ ਸਿੱਧੀ ਹੈ ਕਿ ਜੇ ਗੁਰੂ ਗ੍ਰੰਥ ਹੈ ਤਾਂ ਗੁਰੂ ਪੰਥ ਹੈ, ਔਰ ਗੁਰੂ ਗ੍ਰੰਥ ਦੇ ਵਿੱਚ ਰੱਖ ਕੇ ਆਸਥਾ, ਵਿਸ਼ਵਾਸ, ਭਰੋਸਾ ਅਤੇ ਸਿਦਕ ਦਿਲੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਦਿੱਤੇ ਆਦੇਸ਼ ਮੁਤਾਬਕ ਚੱਲ ਕੇ ਹੀ, ਉਹਦੇ ਵਿੱਚ ਊਟ ਆਸਰਾ ਉਹਦਾ ਲੈ ਕੇ ਹੀ ਅਸੀਂ ਪੰਥ ਦੀ ਰਾਖੀ ਕਰ ਸਕਦੇ ਹਾਂ, ਪੰਥ ਨੂੰ ਚੜ੍ਹਦੀ ਕਲਾ 'ਚ ਲਿਜਾ ਸਕਦੇ ਹਾਂ। ਪਿਛਲੇ ਦਿਨੀ ਤੁਸੀਂ ਬੜੀ ਬੇਬਾਕੀ ਦੇ ਨਾਲ ਦੱਸਿਆ ਕਿ ਬਰਗਾੜੀ ਵਿੱਚ ਜਿਹੜਾ ਕਾਂਡ ਹੋਇਆ ਉਹਦੇ ਬੜਾ ਬੇਬਾਕੀ ਦੇ ਨਾਲ ਤੁਸੀਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੇ ਸਟੈਂਡ ਲੈਣਾ ਚਾਹੀਦਾ ਸੀ। ਕੱਲ੍ਹ ਵੀ ਤੁਹਾਡੇ ਨਾਲ ਜਦੋਂ ਰੀਸੈਂਟਲੀ ਮੀਟਿੰਗਸ ਹੋਈਆਂ ਸ਼੍ਰੋਮਣੀ ਅਕਾਲੀ ਦਲ ਦੀਆਂ, ਉਸ ਟਾਈਮ ਵੀ ਤੁਸੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ ਨੂੰ ਪੰਥ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ, ਤੁਸੀਂ ਕੀ ਸਟੈਂਡ ਲਓਗੇ ਆਉਣ ਵਾਲੇ ਟਾਈਮ 'ਚ? ਦੇਖੋ ਮੇਰੀ ਗੱਲ ਨੂੰ ਸੁਣੋ ਕਿ ਅਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਬੇਸਿਕਲੀ ਪੰਥਕ ਜਥੇਬੰਦੀ ਤਦੇ ਅਖਵਾਉਂਦੀ ਹੈ ਨਾ ਜੇ ਪੰਥਕ ਵਿਚਾਰਧਾਰਾ ਅਤੇ ਪਹਿਰੇ ਹੇਠ ਕੰਮ ਕਰੇ। ਬਿਲਕੁਲ ਸਮਝ ਗਿਆ ਨਾ? ਹਾਂਜੀ। ਵੈਸੇ ਪੋਲੀਟੀਕਲ ਪਾਰਟੀਜ਼ ਤਾਂ ਬਹੁਤ ਨੇ, ਹੋਰ ਵੀ ਕਈ ਪੋਲੀਟੀਕਲ ਪਾਰਟੀਜ਼ ਨੇ, ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੋਈ ਹੈ, ਇਸੇ ਵਾਸਤੇ ਉਹਨੂੰ ਜਿਹੜਾ ਹੈ ਉਹ ਪੰਥਕ ਸੰਸਥਾ ਵਜੋਂ ਜਾਣਿਆ ਜਾਂਦਾ। ਇਹ ਗੱਲ ਠੀਕ ਹੈ ਕਿ ਉਹਦੇ ਵਿੱਚ ਅੱਜ ਹੋਰ ਵੀ ਕਈ ਜਿਹੜੇ ਉਹ ਪੰਜਾਬੀਆਂ ਦੇ ਬਹੁਤ ਵੱਡਾ ਹਿੱਸਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰਕੇ ਉਹ ਇੱਕ ਕਿਸਮ ਦੀ ਪੰਜਾਬੀ ਪਾਰਟੀ ਦੇ ਰੂਪ ਵਿੱਚ ਵੀ ਉਭਾਰਨ ਦਾ ਉਹਨੂੰ ਯਤਨ ਕੀਤਾ ਜਾ ਰਿਹਾ, ਪਰ ਬੇਸਿਕਲੀ ਇਹ ਪੰਥਕ ਜਮਾਤ ਹੈ, ਪੰਥਕ ਪਾਰਟੀ ਹੈ, ਅਤੇ ਪੰਥਕ ਪਾਰਟੀ ਨੂੰ ਜੇਕਰ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਨਿਰਾਦਰ ਹੋਇਆ ਤਾਂ ਉਹਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਸਾਨੂੰ ਕਿਵੇਂ ਜਾਣਾ? ਕਿਸੇ ਵੀ ਗੁਰਸਿੱਖ ਨੂੰ ਗੁਰੂ ਦਾ ਕਿਤੇ ਵੀ ਅਦਬ ਸਤਿਕਾਰ ਦੇ ਵਿੱਚ ਕਮੀ ਆਉਂਦੀ ਹੈ, ਕਿਤੇ ਨਿਰਾਦਰ ਹੁੰਦਾ ਹੈ, ਉਹ ਬੈਠ ਕੇ ਉਹਨੂੰ ਉਹਦਾ ਪਸ਼ਚਾਤਾਪ ਕਰਨਾ ਚਾਹੀਦਾ, ਉਹਦਾ ਲਿਖਿਆ ਯਾਚਨਾ ਕਰਨੀ ਚਾਹੀਦੀ। ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਜਮਾਤ ਹੈ, ਬੜੇ ਲੰਬੇ ਸਮੇਂ ਤੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਹੋ, ਜਦੋਂ ਅੱਜ ਇਹਨੂੰ ਡੁੱਬਦੇ ਹੋਏ ਦੇਖ ਕੇ ਅੱਜ ਸਾਰਾ ਪੰਥ ਜਿਹੜਾ ਹੈ ਉਹ ਬੜਾ ਚਿੰਤਾਜਨਕ ਹੈ, ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਮੈਂ ਤਾਂ ਦੇਖੋ ਇੱਕ ਗੱਲ ਇਹ ਕਹਿਣੀ ਚਾਹੁੰਦਾ ਕਿ ਦੇਖੋ ਪੰਥ ਸੰਸਥਾ ਦੇ ਵਿੱਚ ਜਮਾਤ ਵਿੱਚ ਵਿਚਰਦਿਆਂ ਹੋਇਆਂ ਕਈ ਤਰੁੱਟੀਆਂ ਆ ਜਾਂਦੀਆਂ ਨੇ, ਕਈ ਥਾਵਾਂ 'ਤੇ ਆ ਕੇ ਜਾਣੇ ਅਣਜਾਣੇ ਕੋਈ ਗਲਤੀ ਵੀ ਕਰ ਜਾਂਦਾ, ਲੇਕਿਨ ਇਹ ਨਹੀਂ ਹੁੰਦਾ ਕਿ ਅਸੀਂ ਉਸ ਸੰਸਥਾ ਨੂੰ ਜਿਹੜੀ ਪੰਥ ਦੀ ਸਾਜੀ ਹੋਈ ਸੰਸਥਾ ਜਿਹੜੀ ਪੰਥਕ ਸੰਸਥਾ ਦੇ ਵਜੋਂ ਜਾਣੀ ਜਾਂਦੀ ਹੈ ਵੀ ਅਸੀਂ ਉਹਦੇ ਲਈ ਐਸੀ ਭਾਵਨਾ ਰੱਖੀਏ ਕਿ ਅਸੀਂ ਉਹਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਉਣਾ ਜਾਂ ਉਹਨੂੰ ਢਾਹ ਲਾਉਣੀ ਹੈ ਜਾਂ ਉਹਦੇ ਤੋਂ ਕਿਨਾਰਾ ਕਰਨਾ। ਮੈਂ ਸਮਝਦਾ ਕਿ ਐਸੀ ਸੋਚ ਨਹੀਂ ਰੱਖਣੀ ਚਾਹੀਦੀ, ਸਾਨੂੰ ਪੰਥਕ ਸੰਸਥਾ ਨਾਲ ਜੁੜ ਕੇ, ਕਿਉਂਕਿ ਅਸੀਂ ਹੈ ਹੀ ਪੰਥਕ ਹਾਂ, ਸਾਡਾ ਜਨਮ ਹੀ ਪੰਥਕ ਪਰਿਵਾਰਾਂ ਦੇ ਵਿੱਚ ਹੋਇਆ। ਬਿਲਕੁਲ। ਔਰ ਮੈਂ ਸਮਝਦਾ ਕਿ ਹਰ ਗੁਰਸਿੱਖ ਇਹ ਸਮਝਦਾ ਕਿ ਮੈਂ ਪੰਥਕ ਪਰਿਵਾਰ 'ਚੋਂ ਪੈਦਾ ਹੋਇਆ ਅਤੇ ਮੈਂ ਪੰਥ ਦੇ ਹਿੱਸਾ ਬਣਨਾ ਮੇਰੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਪੰਥ ਹੀ ਗੁਰੂ ਗ੍ਰੰਥ ਨਾਲ ਜੋੜ ਸਕਦਾ, ਸ਼੍ਰੋਮਣੀ ਕਮੇਟੀ ਹੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਸਕਦੀ ਹੈ, ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਦੀ ਚੰਗੀ ਪੰਥਕ ਸੋਚ ਸਦਕਾ ਹੀ ਅਸੀਂ ਆਪਣੇ ਗੁਰਧਾਮਾਂ ਦੀ ਸੇਵਾ ਕਰ ਸਕਦੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਕਾਇਮ ਰੱਖ ਸਕਦੇ ਹਾਂ। ਔਰ ਮੈਂ ਸਮਝਦਾ ਕਿ ਜੇ ਇਸ ਇਹਨਾਂ ਗੱਲਾਂ ਦੇ ਮੱਦੇਨਜ਼ਰ ਰੱਖ ਕੇ ਸਾਨੂੰ ਸ਼ਕਤੀਆਂ ਜਿਹੜੀਆਂ ਨੇ ਇਹਨੂੰ ਕਮਜ਼ੋਰ ਕਰਨ ਦੀ ਸਾਜਿਸ਼ ਕਰਦੀਆਂ ਨੇ ਉਹਨਾਂ ਨੂੰ ਕਤਈ ਤੌਰ 'ਤੇ ਵੀ ਉਹਨਾਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ, ਔਰ ਪੰਥਕ ਸੰਸਥਾ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸਾਨੂੰ ਕੰਮ ਕਰਨਾ ਚਾਹੀਦਾ।
ਮਾਧਿਅਮ ਵਿਦਿਆ ਪ੍ਰਧਾਨ ਜੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਜਮਾਤ ਹੈ ਤੇ ਸਾਨੂੰ ਇਹਨੂੰ ਢਾਹ ਨਹੀਂ ਲਾਉਣੀ ਚਾਹੀਦੀ। ਹੋ ਸਕਦਾ ਹੈ ਕਿ ਇਹਦੇ ਵਿੱਚ ਕਾਫੀ ਸਾਰੀਆਂ ਤਰੁੱਟੀਆਂ ਹੋਣ, ਕਾਫੀ ਬੰਦਿਆਂ ਦੀ ਗਲਤੀਆਂ ਹੋਣ, ਉਹ ਬੰਦੇ ਆਪਣੀ ਗਲਤੀ ਸੁਧਾਰ ਸਕਦੇ ਨੇ, ਪਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਜਮਾਤ ਹੈ ਜਿਹਦਾ ਅਸੀਂ ਆਉਣ ਵਾਲੇ 2020 ਦੇ ਵਿੱਚ 100 ਸਾਲਾਂ ਮਨਾਉਣ ਜਾ ਰਹੇ ਹਾਂ, ਇਸੇ ਤਰ੍ਹਾਂ ਅਸੀਂ ਹੋਰ ਜਿਹੜੀਆਂ ਪੰਥਕ ਜਥੇਬੰਦੀਆਂ ਨੇ, ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਨੇ, ਕਿਵੇਂ ਕਿਵੇਂ ਉਹਨਾਂ ਨੇ ਕਿਹੜੀਆਂ ਕਿਹੜੀਆਂ ਕੁਰਬਾਨੀਆਂ ਕੀਤੀਆਂ, ਕਿਸ ਤਰੀਕੇ ਦੇ ਨਾਲ ਇਹ ਸੰਸਥਾ ਹੋਣ ਦੇ ਵਿੱਚ ਆਈ, ਉਹਨਾਂ ਨਾਲ ਗੱਲਬਾਤ ਜਾਰੀ ਰੱਖਾਂਗੇ ਪ੍ਰੋਗਰਾਮ ਪੰਥਕ ਕਚਹਿਰੀ ਦੇ ਵਿੱਚ। ਜਾਂਦੇ ਜਾਂਦੇ ਪ੍ਰਧਾਨ ਜੀ ਇੱਕ ਸਵਾਲ ਤੁਹਾਡੇ ਕੋਲ ਹੋਰ ਪੁੱਛਣਾ ਚਾਹਾਂਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕਰਦੇ ਹੋਏ, ਤੁਹਾਨੂੰ 11 ਸਾਲ ਦਾ ਗੁਰੂ ਸਾਹਿਬ ਨੇ ਸੇਵਾ ਬਖਸ਼ਿਸ਼ ਕੀਤੀ, ਆਪਣੇ ਸੇਵਾ ਕਾਲ ਦੇ ਦੌਰਾਨ ਕਿਹੜੀ ਗੱਲ ਨੇ ਤੁਹਾਨੂੰ ਬੜੀ ਖੁਸ਼ੀ ਦਿੱਤੀ, ਮਤਲਬ ਤੁਸੀਂ ਸੈਟਿਸਫਾਈ ਹੋਏ ਮੈਂ ਇਹ ਸੇਵਾ ਕਰ ਸਕਿਆ, ਔਰ ਕਿਹੜੀ ਗੱਲ ਜਿਹੜੀ ਇੱਕ ਗੱਲ ਜਿਹਦੇ ਤੁਹਾਨੂੰ ਆਪਣੇ ਆਪ ਵਿੱਚ ਤੁਹਾਨੂੰ ਲੱਗਾ ਹੋਇਆ ਕਿ ਮੈਂ ਇਹ ਗਲਤ ਕੰਮ ਮੇਰੇ ਕੋਲ ਹੋ ਗਿਆ, ਇਹ ਨਹੀਂ ਮੈਨੂੰ ਕਰਨਾ ਚਾਹੀਦਾ ਸੀ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਸੇਵਾ ਸਤਿਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਤੇ ਮੈਂ ਪਹਿਲੀ ਗੱਲ ਇਹ ਕਹੀ ਸੀ ਕਿ ਠੀਕ ਹੈ ਕਿ ਅਸੀਂ ਪੋਲੀਟੀਕਲ ਮੁੱਖ ਧਾਰਾ ਦੇ ਵਿੱਚੋਂ ਨਿਕਲ ਕੇ ਅਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਹਾਂ, ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਕੇ ਸਾਨੂੰ ਇਹ ਜਿਹੜੀ ਹੈ ਮੁੱਖ ਸੇਵਾਦਾਰ ਦੀ ਜਿਹੜੀ ਸੇਵਾ ਪ੍ਰਾਪਤ ਹੋਈ ਹੈ ਇਹ ਪ੍ਰਾਪਤ ਹੋਈ ਹੈ। ਇਸ ਕਰਕੇ ਮੈਂ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਮੈਂ ਉਸ ਦਿਨ ਤੋਂ ਸੰਗਤ ਦੇ ਵਿੱਚ ਬੇਨਤੀ ਕਰ ਦਿੱਤੀ ਸੀ ਕਿ ਮੈਂ ਕੋਈ ਪੋਲੀਟੀਕਲ ਸਰਗਰਮੀ ਨਹੀਂ ਕਰੂੰਗਾ ਅਤੇ ਮੈਂ ਸਿਰਫ ਅਤੇ ਸਿਰਫ ਨਿਰੋਲ ਧਾਰਮਿਕ ਖੇਤਰ ਦੇ ਵਿੱਚ ਹੀ ਵਿਚਰਾਂਗਾ ਔਰ ਧਰਮ ਦੀ ਸੇਵਾ ਕਰੂੰਗਾ। ਇੱਕ ਤਾਂ ਮੈਂ ਉਹਨੂੰ ਨਿਭਾਉਣ ਦਾ ਯਤਨ ਕਰਦਾ ਰਿਹਾ ਔਰ ਮੈਂ ਇਹਦੇ ਲਈ ਬੜੀ ਖੁਸ਼ੀ ਮਹਿਸੂਸ ਕਰਦਾ ਰਿਹਾ। ਦੂਸਰਾ ਜਿਹੜਾ ਧਾਰਮਿਕ ਤੌਰ 'ਤੇ ਵੱਡਾ ਕਾਰਜ ਸੀ ਉਹ ਇਹ ਸੀ ਜਿਹੜਾ ਕਿ ਹਰ ਗੁਰਸਿੱਖ ਦੇ ਮਨ ਦੀ ਭਾਵਨਾ ਸੀ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਜਿਹੜਾ ਕੀਰਤਨ ਟੈਲੀਕਾਸਟ ਹੁੰਦਾ ਹੈ, ਉਸ ਤੋਂ ਬਾਅਦ ਜਿਹੜਾ ਸਵੇਰੇ ਹੁਕਮਨਾਮਾ ਆਉਂਦਾ ਪਹਿਲਾਂ, ਉਸ ਹੁਕਮਨਾਮੇ ਦੀ ਜਿਹੜੀ ਸ਼ਬਦਾਰਥ ਦੀ ਵਿਆਖਿਆ, ਜਿਹੜੀ ਵਿਆਖਿਆ ਉਹਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਲੋਚਦੀ ਸੀ ਸੰਗਤ, ਕਿ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਵਿਚਾਰ, ਉਹਨਾਂ ਦਾ ਉਹਦੇ ਵਿੱਚ ਸਤਿਗੁਰੂ ਜੀ ਵੱਲੋਂ ਦਿੱਤਾ ਉਪਦੇਸ਼, ਅਤੇ ਉਹਨੂੰ ਉਹਨਾਂ ਦੀ ਵਿਆਖਿਆ ਕਰਕੇ ਸੰਗਤਾਂ ਤੱਕ ਸਿੰਪਲ ਰੂਪ ਦੇ ਵਿੱਚ ਸੰਗਤਾਂ ਤੱਕ ਪਹੁੰਚਾਉਣਾ ਤਾਂ ਕਿ ਉਹ ਇਸ ਸ਼ਬਦ ਦੀ ਮਹੱਤਤਾ ਨੂੰ ਸਮਝ ਸਕਣ, ਗੁਰਬਾਣੀ ਦੇ ਦਿੱਤੇ ਆਦੇਸ਼ ਨੂੰ ਸਮਝ ਸਕਣ ਅਤੇ ਦਿੱਤੇ ਉਸ ਹੁਕਮਨਾਮੇ ਮੁਤਾਬਕ ਉਸ ਦਿਨ ਆਪਣੀ ਜ਼ਿੰਦਗੀ ਨੂੰ ਬਸਰ ਕਰਕੇ ਆਪਣੇ ਜਨਮ ਨੂੰ ਸਫਲਾ ਕਰ ਸਕਣ। ਔਰ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਵੀ ਸਤਿਗੁਰੂ ਦੀ ਬਖਸ਼ਿਸ਼ ਸਦਕਾ ਮੈਂ ਕਾਮਯਾਬ ਹੋਇਆ। ਔਰ ਮੰਜੀ ਸਾਹਿਬ ਦੀਵਾਨ ਹਾਲ ਤੋਂ ਜਿਹੜਾ ਹੁਕਮਨਾਮੇ ਦੀ ਕਥਾ ਸੀ, ਉਹ ਜਿਹੜੀ ਵਿਚਾਰ ਸੀਗੀ, ਉਹ ਅਸੀਂ ਉੱਥੋਂ ਲਾਈਵ ਟੈਲੀਕਾਸਟ ਦੇ ਰੂਪ ਵਿੱਚ ਸ਼ੁਰੂ ਕਰਾਤੀ ਔਰ ਘਰ ਘਰ ਦੇ ਵਿੱਚ ਉਹਨੂੰ ਪਹੁੰਚਾਉਣਾ ਕੀਤਾ। ਇਸ ਤੋਂ ਇਲਾਵਾ ਮੈਂ ਸਮਝਦਾ ਸੀ ਕਿ ਸਾਡੇ 'ਚ, ਕਿਉਂਕਿ ਕਈ ਤੁਸੀਂ ਮੈਨੂੰ ਪੁੱਛਿਆ ਵੀ ਕਿਹੜੀ ਗੱਲ ਨੇ ਤੁਹਾਨੂੰ ਜ਼ਿਆਦਾ ਖੁਸ਼ੀ ਦਿੱਤੀ ਹੈ, ਵਿੱਚ ਕਈ ਗੱਲਾਂ ਨੇ ਜਿਨ੍ਹਾਂ ਨੇ ਮੈਨੂੰ ਖੁਸ਼ੀ ਦਿੱਤੀ ਹੈ। ਉਸ ਤੋਂ ਬਾਅਦ ਮੈਂ ਸਮਝਦਾ ਕਿ ਜਿਹੜਾ ਸ਼ਬਦ ਗਾਇਨ ਸੀ, ਸ਼ਬਦ ਗਾਇਨ ਦੀ ਉਹ ਕਲਾ ਗੁਰਬਾਣੀ ਦੇ ਉਸ ਰੂਪ ਦੇ ਮੁਤਾਬਕ, ਗੁਰਬਾਣੀ ਦੇ ਜਿਹੜੀ ਉਚਾਰਨ ਦਾ ਜਿਹੜੀ ਵਿਧੀ ਹੈ, ਜਿਹੜੇ ਰਾਗਾਂ ਦੇ ਵਿੱਚ ਸੀ, ਉਹਦੇ ਮੁਤਾਬਕ ਨਹੀਂ ਸੀ ਕੀਤਾ ਜਾ ਰਿਹਾ ਜਾਂ ਦਰਬਾਰ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਨਹੀਂ ਸੀ ਕੀਤਾ ਜਾ ਰਿਹਾ। ਤਾਂ ਮੈਂ ਉਹਨੂੰ ਸੁਨਿਸ਼ਚਿਤ ਕਰਨ ਲਈ ਮੈਂ ਤੰਤੀ ਸਾਜ ਵੀ ਇੰਟਰੋਡਿਊਸ ਕੀਤੇ ਔਰ ਉਹਨਾਂ ਨੂੰ ਜਿਹੜੇ ਗਾਇਨ ਸੀ ਉਹਨਾਂ ਦਾ ਉਸ ਸ਼ੈਲੀ ਦੇ ਵਿੱਚ, ਜਿਹੜੀ ਕਿ ਸੱਚਖੰਡ ਹਰਿਮੰਦਰ ਸਾਹਿਬ ਦੀ ਸ਼ੈਲੀ ਦੇ ਮੁਤਾਬਕ ਜਿਹੜਾ ਸੀ ਉਹਦਾ ਉਚਾਰਨ ਸ਼ੁਰੂ ਕਰਾਇਆ ਜਾਂ ਨਿਰਧਾਰਤ ਰਾਗਾਂ ਦੇ ਵਿੱਚ ਗੁਰਬਾਣੀ ਦਾ ਉਚਾਰਨ ਜਿਹੜਾ ਸੀ ਉਹ ਕਰਵਾਉਣਾ ਕੀਤਾ। ਔਰ ਬਾਕੀ ਮੈਂ ਸਮਝਦਾ ਵੀ ਹੋਰ ਲੰਗਰਾਂ ਦੇ ਵੀ ਸੁਧਾਰ ਹੋਇਆ, ਸਰਾਵਾਂ ਬਣੀਆਂ ਨੇ, ਬਹੁਤ ਕੁਛ ਹੋਇਆ ਉਹ ਤਾਂ ਚਲੋ ਖੈਰ ਇੱਕ ਰੂਟੀਨ ਜੋਬ ਹੈ, ਕੀਤਾ ਨਹੀਂ ਜਾ ਸਕਦਾ। ਅਗਲੀ ਗੱਲ ਜਿਹੜੀ ਆਖਰੀ ਮੈਂ ਕਰਨ ਲੱਗਾ ਉਹ ਇਹ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਬਣੀਆਂ ਔਰ ਉਹ ਜਿਹੜੀਆਂ ਪੁਰਾਣੀਆਂ ਬਣੀਆਂ ਹੋਈਆਂ ਸੀ ਉਹਨਾਂ ਨੂੰ ਕਾਮਯਾਬੀ ਨਾਲ ਚਲਾਉਣ ਦਾ 11 ਸਾਲਾਂ ਦੇ ਵਿੱਚ ਯਤਨ ਕੀਤਾ ਗਿਆ। ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਉਹਨਾਂ ਨੂੰ ਪੂਰਾ ਉਹਨਾਂ ਨੂੰ ਥਾਪੜਾ ਦਿੱਤਾ ਗਿਆ।
ਔਰ ਉਸ ਤੋਂ ਬਾਅਦ ਜਿਹੜੀਆਂ ਨਵੀਆਂ ਸਾਰੀਆਂ ਗਈਆਂ ਉਹਨਾਂ ਦੇ ਵਿੱਚ ਵੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਬੱਚਿਆਂ ਦੀ ਐਡਮਿਸ਼ਨ, ਉਹਨਾਂ ਦਾ ਪੜ੍ਹਾਈ ਦਾ ਮਿਆਰ ਅਤੇ ਉਹਨਾਂ ਨੂੰ ਸੰਸਥਾਵਾਂ ਨੂੰ ਕਾਮਯਾਬ ਕੀਤਾ ਗਿਆ। ਔਰ ਮੈਂ ਇਸ ਤੋਂ ਬਾਅਦ ਸਮਝਦਾ ਕਿ ਗੁਰੂ ਘਰ ਦੀ ਗੋਲਕ ਦੀ ਸੰਭਾਲ ਕਰਨੀ ਸਭ ਤੋਂ ਵੱਡੀ ਸਾਡੀ ਇੱਕ ਜ਼ਿੰਮੇਵਾਰੀ ਸੀ। ਗੁਰੂ ਦੀ ਗੋਲਕ ਦੇ ਨਾਲ, ਗੁਰੂ ਘਰ ਨਾਲ ਜੁੜੀਆਂ ਹੋਈਆਂ ਕਈ ਐਸੀਆਂ ਜਗ੍ਹਾ ਸੀਗੀਆਂ ਜਿਹੜੀਆਂ ਕਬਜ਼ੇ ਸੀਗੀਆਂ, ਉਹਨਾਂ ਕਬਜ਼ਿਆਂ ਨੂੰ ਛੁਡਾਉਣਾ, ਫਿਰ ਨਾਮ ਮਾਤਰ ਜਿਹੜਾ ਹੋਰ ਵੀ ਕਈ ਕੰਮ ਸੀਗੇ। ਕੋਈ ਅਜਿਹਾ ਕੰਮ ਵੀ ਉਸ ਸਮੇਂ ਹੋਇਆ ਜਦੋਂ ਤੁਸੀਂ ਨਹੀਂ ਕਰ ਸਕੇ ਤੇ ਤੁਹਾਨੂੰ ਉਹਦੀ ਨਮੋਸ਼ੀ ਹੋਈ? ਨਹੀਂ, ਕੰਮ ਤਾਂ ਦੇਖੋ ਕਈ ਹੁੰਦੇ ਨੇ ਵੀ ਗੁਰੂ ਰਾਮਦਾਸ ਮੈਡੀਕਲ, ਗੁਰੂ ਰਾਮਦਾਸ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਸ ਮੇਰਾ ਆਖਰੀ ਪ੍ਰੋਜੈਕਟ ਸੀ। ਹਾਂਜੀ। ਔਰ ਜਦੋਂ ਮੈਂ ਉੱਥੋਂ ਰੁਖਸਤ ਹੋਣ ਵਾਲਾ ਸੀ, ਮੈਂ ਸਟਾਫ ਦੀ ਮੀਟਿੰਗ ਲਈ, ਜਦੋਂ ਮੈਨੂੰ ਗੁਰੂ ਰਾਮਦਾਸ ਦੀ ਇਸ ਯੂਨੀਵਰਸਿਟੀ ਦੀ ਚਿੱਠੀ ਮਿਲੀ ਅਤੇ ਮੈਂ ਸਟਾਫ ਦੀ ਮੀਟਿੰਗ ਲਈ ਅਤੇ ਮੈਂ ਉਹਨਾਂ ਨੂੰ ਸੁਭਾਵਕ ਹੀ ਕਹਿ ਦਿੱਤਾ ਕਿ ਮੈਨੂੰ ਐਂ ਮਹਿਸੂਸ ਹੁੰਦਾ ਕਿ ਇਹ ਮੇਰੇ ਇਸ ਟਨਿਓਰ ਦਾ ਇਹ ਆਖਰੀ ਤੁਹਾਨੂੰ ਇਹ ਆਖਰੀ ਪ੍ਰੋਜੈਕਟ ਹੈ ਜਿਹੜਾ ਮੈਂ ਤੁਹਾਨੂੰ ਸੌਂਪਣੀ ਕਰ ਰਿਹਾ। ਗੁਰ ਕਿਰਪਾ ਕਰੇ, ਤੁਸੀਂ ਇਹਨੂੰ ਚੜ੍ਹਦੀ ਕਲਾ ਦੇ ਵਿੱਚ ਬੜੀ ਮਿਹਨਤ ਅਤੇ ਮਿਸ਼ਕਤ ਨਾਲ, ਬੜੀ ਮਿਹਨਤ ਨਾਲ, ਸਿਦਕ ਦਿਲੀ ਨਾਲ, ਸੁਹਿਰਦਤਾ ਨਾਲ ਜਿਵੇਂ ਤੁਸੀਂ ਇਹਨੂੰ ਬਣਾਉਣ ਦੇ ਵਿੱਚ ਯੋਗਦਾਨ ਪਾਇਆ, ਇਹਦੀ ਕਾਮਯਾਬੀ ਲਈ ਆਪਣਾ ਯੋਗਦਾਨ ਪਾ ਸਕਾਂ। ਔਰ ਇਹ ਮੇਰੀ ਅਖੀਰਲੀ ਜਿਹੜੀ ਸੀਗੀ ਉਹ ਇਹ ਸੇਵਾ ਸੀ ਜਿਹਨੂੰ ਮੈਂ ਨਿਭਾ ਕੇ ਮੈਂ ਰੁਖਸਤ ਹੋਇਆ। ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਤੁਹਾਡਾ, ਤੁਸੀਂ ਸਾਨੂੰ ਸਮਾਂ ਦਿੱਤਾ ਫਤਿਹ ਟੀਵੀ ਦੇ ਪ੍ਰੋਗਰਾਮ ਪੰਥਕ ਕਚਹਿਰੀ ਵਿੱਚ। ਅਗਲੀ ਵਾਰੀ ਫਿਰ ਮਿਲਾਂਗੇ ਇੱਕ ਪੈਨਲ ਡਿਸਕਸ਼ਨ ਦੇ ਨਾਲ, ਕਿਸ ਤਰੀਕੇ ਦਾ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਇਆ ਜਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।